ਸਿਡਨੀ ਤੋਂ ਜਹਾਜ਼ ਚੱਲਿਆ ਜੀ ਤੇ ਨਿਊਜ਼ੀਲੈਂਡ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਕਾਫੀ ਯਾਤਰੀਆਂ ਨੂੰ ਸੱਟਾਂ ਲੱਗੀਆਂ ਇਹ ਸੱਟਾਂ ਜਹਾਜ਼ ਦੇ ਅੱਗੇ ਪਿੱਛੇ ਘੁੰਮਣ ਕਰਕੇ ਲੱਗੀਆਂ ਕਿ ਵੈਸੇ ਕੋਈ ਲੜਾਈ ਲੱਪਾ ਹੋ ਗਿਆ ਸੀਗਾ ਨਹੀਂ ਨਹੀਂ ਬ੍ਰੈਟਸਪ ਕੋਈ ਲੜਾਈ ਨਹੀਂ ਸੀ ਹੋਈਗੀ ਦਰਅਸਲ ਜਹਾਜ਼ ਦੇ ਵਿੱਚ ਟੈਕਨੀਕਲ ਪ੍ਰੋਬਲਮ ਆ ਗਈ ਹੈ ਭਰੀ ਉਡਾਨ ਦੌਰਾਨ ਅਸਮਾਨ ਦੇ ਵਿੱਚ ਜਹਾਜ਼ 'ਚ ਕੋਈ ਐਸੀ ਟੈਕਨੀਕਲ ਪ੍ਰੋਬਲਮ ਆਈ ਹੈ ਜਿਹਦੇ ਵਿੱਚ ਦਰਜਨਾ ਪੈਸੈਂਜਰ ਜਿਹੜੇ ਫੱਟੜ ਹੋ ਗਿਆ ਇਹ ਫਲਾਈਟ ਸੀਗੀ ਜੀ ਬੋਇੰਗ ਕੰਪਨੀ ਦੇ 787 ایرਕ੍ਰਾਫਟ ਦੇ ਵਿੱਚ ਯੂਜ਼ ਹੋ ਰਿਹਾ ਸੀਗਾ ਤੇ ਇਸ ਪਲੇਨ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਜਿਹਦੇ ਕਰਕੇ ਇੱਕ ਬਹੁਤ ਸਟਰੋਂਗ ਮੂਵਮੈਂਟ ਆਈ ਇਸ ਤੋਂ ਬਾਅਦ ਕਈ ਪੈਸੇਂਜਰ ਇੰਜਰਡ ਹੋ ਗਏ ਇਹ ਫਲਾਈਟ ਲੈਟਮ 에ਅਰਲਾਈਨ ਗਰੁੱਪ ਦੀ ਸੀਗੀ ਇਹ ਸਿਡਨੀ ਤੋਂ ਆਕਲੈਂਡ ਦੇ ਲਈ ਜਾ ਰਹੀ ਸੀਗੀ ਤੇ ਮਿਡ 에ਅਰ ਇਹ ਸਾਰਾ ਇਨਸੀਡੈਂਟ ਵਾਪਰਿਆ ਇਹ ਘਟਨਾ ਦੇ ਵਿੱਚ ਘੱਟੋ ਘੱਟ 50 ਪੀਪਲ 50 ਲੋਕਾਂ ਦੇ ਇੰਜਰਡ ਹੋਣ ਦੀ ਖਬਰ ਹੈ ਇਸ ਖਬਰ ਦੀ ਪੁਸ਼ਟੀ ਨਿਊਜ਼ੀਲੈਂਡ ਦੀ ਇੱਕ ਛੋਟੀ ਦੀ ਅਖਬਾਰ ਨੇ ਕੀਤੀ ਹੈ ਹਾਲਾਂਕਿ ਪਲੇਨ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਆਨ ਦਾ ਸ਼ਡਿਊਲ ਟਾਈਮ ਹੀ ਉੱਥੇ ਲੈਂਡ ਹੋਇਆ ਜਾ ਕੇ ਉੱਥੇ ਜਦੋਂ ਇਹਨੇ ਲੈਂਡ ਹੋਣਾ ਸੀਗਾ ਉਦੋਂ ਤੱਕ ਐਂਬੂਲੈਂਸ ਸਰਵਿਸ ਮੈਡੀਕਲ ਸਪੋਰਟ ਉੱਥੇ ਪ੍ਰੋਵਾਈਡ ਕਰ ਦਿੱਤੀ ਗਈ ਆਕਲੈਂਡ 에ਅਰਪੋਰਟ ਦੇ ਵਿੱਚ ਕਟੋ-ਕਟ ਜਿਹੜੇ 12 ਲੋਕ ਆ ਉਹਨਾਂ ਦੇ ਬਹੁਤ ਜ਼ਿਆਦਾ ਇੰਜਰੀਜ਼ ਆਈਆਂ ਸੀਗੀਆਂ ਇਸ ਕਰਕੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਨਾ ਪਿਆ ਇੱਕ ਪੈਸੇਂਜਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਦੱਸੀ ਜਾ ਰਹੀ ਹੈ ਤੇ ਜਿਹੜੇ ਬਾਕੀ ਦੇ ਕੁਝ ਹੈਗੇ ਨੇ 37 ਦੇ ਨੇੜੇ-ਤੇ ਉਹਨਾਂ ਨੂੰ ਮਾਈਨਰ ਇੰਜਰੀਜ਼ ਆਈਆਂ ਨੇ ਜਿਨ੍ਹਾਂ ਨੂੰ ਮੈਡੀਕਲ ਸਪੋਰਟ ਦੇ ਨਾਲ ਹੀ ਠੀਕ ਕਰ ਦਿੱਤਾ ਗਿਆ ਹਸਪੀਟਲ ਜਾਣ ਦੀ ਵੀ ਲੋੜ ਨਹੀਂ ਪਈ ਪਰ ਇੱਕ ਪਰਸਨ ਆ ਜਿਹਦੀ ਕੰਡੀਸ਼ਨ ਜਾਦੀ ਸਵੀਅਰ ਦੱਸੀ ਜਾ ਰਹੀ ਹੈ ਇਹ ਫਲਾਈਟ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਆਉਣੀ ਸੀ ਤੇ ਉੱਥੇ ਕੁਝ ਸਮਾਂ ਰੁਕਣ ਤੋਂ ਬਾਅਦ ਇਨੇ ਸੈਂਟਿਆਗੋ ਚਿਲੀ ਦੇ ਲਈ ਰਵਾਨਾ ਹੋਣਾ ਸੀਗਾ ਜੀ ਬਰਾਤ ਸਾਹਿਬ ਕੋ ਜੀ ਆਪਾਂ ਪਹਿਲਾਂ ਵੀ ਕਵਰ ਕੀਤੀਆਂ ਖਬਰਾਂ ਜਹਾਜ਼ਾਂ ਦੀਆਂ ਕਾਫੀ ਖਬਰਾਂ ਆ ਰਹੀਆਂ ਕਿ ਜਿਹੜੀਆਂ ਸੱਟਾਂ ਆਈਆਂ ਕਿ ਇਹ ਸੀਟ ਬੈਲਟ ਲੱਗੀ ਨਹੀਂ ਸੀ ਕਿ ਇਸ ਕਰਕੇ ਹੋ ਗਿਆ ਪਰ ਰਵਾਨਾ ਹੁੰਦਾ ਵੀ ਸੀਟ ਬੈਲਟ ਲੱਗੀ ਆਪਾਂ ਤਾਂ ਬਹੁਤ ਵੱਡੀ ਪ੍ਰੋਟੈਕਸ਼ਨ ਦੇ ਵਿੱਚ ਜਿਨ੍ਹਾਂ ਤੇ ਸੀਟ ਬੈਲਟ ਲੱਗੀ ਵੀ ਹੋਈ ਪਰ ਫਿਰ ਵੀ ਸੱਟਾਂ ਲੱਗੀਆਂ ਬਿਲਕੁਲ ਬਰਾਤ ਸਾਹਿਬ ਇਹਨਾਂ ਸਾਰਿਆਂ ਦੀ ਸੀਟ ਬੈਲਟਾਂ ਲੱਗੀਆਂ ਹੋਈਆਂ ਸੀਗੀਆਂ ਇਸ ਦੇ ਬਾਵਜੂਦ ਇੰਨੀ ਕੁ ਸਟਰੋਂਗ ਇਹ ਜਿਹੜੀ ਮੂਵਮੈਂਟ ਸੀਗੀ ਕਿ ਸਾਰਿਆਂ ਨੂੰ ਸਟਾਂ ਲੱਗੀਆਂ ਤੁਸੀਂ ਫੋਟੋਜ਼ ਦੇ ਵਿੱਚ ਦੇਖੋ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹਨਾਂ ਤੋਂ ਇਦਾਂ ਲੱਗਦਾ ਕਿ ਸੀਟ ਬੈਲਟਾਂ ਦੇ ਵੱਸੋਂ ਕੰਮ ਜਿਵੇਂ ਬਾਹਰ ਹੋ ਗਿਆ ਹੋਵੇ ਟੈਕਨੀਕਲ ਪ੍ਰੋਬਲਮ ਦੇ ਚੱਲਦਿਆਂ ਹੋ ਸਕਦਾ ਕਿ ਬਹੁਤ ਹੀ ਜ਼ਬਰਦਸਤ ਮੂਵਮੈਂਟ ਹੋਈ ਹੋਵੇ ਹੋ ਸਕਦਾ ਕਿ ਕੁਝ ਲੋਕਾਂ ਦੀਆਂ ਸੀਟ ਬੈਲਟਸ ਜਿਹੜੀਆਂ ਸੀਗੀਆਂ ਉਹ ਵੀ ਲੂਜ਼ ਹੋ ਗਈਆਂ ਹੋਣ ਜਾਂ ਆਉਣ ਵਾਲੀ ਵੀਰਵਿਆਂ ਦੇ ਵਿੱਚ ਹੋਰ ਡਿਟੇਲ ਚ ਪਤਾ ਲੱਗ ਸਕਦਾ ਕਿ ਐਕਚੁਅਲੀ ਉੱਥੇ ਵਾਪਰਿਆ ਕੀ ਐਸੀ ਕਿਹੜੀ ਮੂਵਮੈਂਟ ਸੀਗੀ ਜਿਹਦੇ ਕਰਕੇ ਕਿਸੇ ਦੇ ਸਿਰ 'ਚ ਸੱਟ ਆ ਕਿਸੇ ਦਾ ਹੈਂਡ ਇੰਜਰਡ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਅਗਲੀ ਇਹ ਵੀ ਹੈ ਨਾ ਕਈ ਵਾਰੀ ਬੱਚੇ ਵੀ ਨਾਲ ਜਾਂਦੇ ਆ ਤੇ ਬੱਚਿਆਂ ਨੂੰ ਤਾਂ ਫਿਰ ਕਾਫੀ ਨੁਕਸਾਨ ਹੋ ਸਕਦਾ ਹੈ ਬੰਦੇ ਤਾਂ ਫਿਰ ਵੀ ਬਰਦ ਜਾਂਦੇ ਬਿਲਕੁਲ ਬਲੱਟਸਪ ਪਰ ਇਹਦੇ ਵਿੱਚ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਕਿ ਇਹਨਾਂ 50 ਲੋਕਾਂ ਦੇ ਵਿੱਚ ਬੱਚੇ ਕਿੰਨੇ ਸੀਗੇ ਮੇਲ ਕਿੰਨੇ ਸੀ ਫੀਮੇਲ ਕਿੰਨੇ ਸੀਗੇ ਅਜੇ ਤੱਕ ਇਹਨਾਂ 'ਕਿ ਪਤਾ ਲੱਗਿਆ ਕਿ 12 ਲੋਕਾਂ ਨੂੰ ਜਿਹੜਾ ਹਸਪੀਟਲ ਸ਼ਿਫਟ ਕਰਨਾ ਪਿਆ